ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ ساری ਜ਼ਿੰਦਗੀ ਆਪਾਂ ਖੁਸ਼ੀਆਂ ਦੀ ਭਾਲ ਵਿੱਚ ਖੜ੍ਹ ਦੇੰਨੇ ਆ ਪਰ ਉਹ ਖੁਸ਼ੀਆਂ ਤਾਂ ਸਾਨੂੰ ਮਿਲਦੀਆਂ ਹੀ ਨਹੀਂ ਦੁੱਖ ਪਰੇਸ਼ਾਨੀਆਂ ਤੇ ਸਮੱਸਿਆਵਾਂ ਹੀ ਹੱਥ ਲੱਗਦੀਆਂ ਨੇ ਕਈ ਵਾਰ ਆਪਾਂ ਕਿਸੇ ਨੂੰ ਬਹੁਤ ਜ਼ਿਆਦਾ ਖੁਸ਼ੀ ਦਿੰਨੇ ਆ ਤੇ ਬਦਲੇ ਵਿੱਚ ਉਹਨੇ ਹੀ ਦੁੱਖ ਉਮੜ ਜਾਂਦਾ ਹੈ ਆਪਾਂ ਜਿਸ ਚੀਜ਼ ਨੂੰ ਪਾਉਣ ਲਈ ਜਿੰਨਾ ਜ਼ਿਆਦਾ ਟਰਾਈ ਕਰਦੇ ਆ ਉਹ ਓਨੀ ਹੀ ਦੂਰ ਹੁੰਦੀ ਜਾਂਦੀ ਹੈ ਸਾਡੇ ਤੋਂ ਕਈ ਵਾਰ ਸਮਝ ਨਹੀਂ ਆਉਂਦਾ ਵੀ ਇਹ ਕਿਉਂ ਹੋ ਰਿਹਾ ਐਨੀ ਮਿਹਨਤ ਤੋਂ ਬਾਅਦ ਉਹ ਕਿਉਂ ਨਹੀਂ ਮਿਲਦਾ ਪਿਆ ਜੋ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ ਆਪਾਂ ਸਭ ਚੀਜ਼ਾਂ ਹੀ ਹਾਸਲ ਕਰਨਾ ਚਾਹੁੰਦੇ ਹਾਂ ਇਸ ਤੋਂ ਇੱਕ ਚੀਜ਼ ਤਾਂ ਪੱਕਾ ਹੈ ਵੀ ਆਪਾਂ ਨੂੰ ਕਿਸੇ ਨੂੰ ਵੀ ਆਪਣੇ ਆਪ ਨਾਲ ਪਿਆਰ ਨਹੀਂ ਹੈ ਆਪਾ ਸਭ ਅੰਦਰੋਂ ਤਾਂ ਖੋਖਲੇ ਹੋ ਕੇ ਬੈਠੇ ਆਂ ਖਾਲੀ ਹੋ ਕੇ ਬੈਠੇ ਆਂ ਆਪਣੇ ਦੁੱਖਾਂ ਦਾ ਮੂਲ ਕਾਰਨ ਹੀ ਪਤਾ ਕੀ ਏ ਆਪਾਂ ਜੋ ਚਾਹੁੰਨੇ ਆ ਉਹ ਮਿਲਦਾ ਨਹੀਂ ਤੇ ਜੋ ਸਾਨੂੰ ਮਿਲਦਾ ਉਹਦੇ ਨਾਲ ਆਪਾਂ ਕਦੇ ਵੀ ਖੁਸ਼ ਨਹੀਂ ਹੁੰਦੇ ਜੋ ਸਾਡੇ ਕੋਲ ਹੈ ਉਹਦੇ ਵੱਲ ਤੇ ਆਪਾਂ ਕਦੀ ਚਾਹਤ ਹੀ ਨਹੀਂ ਮਾਰਦੇ ਆਪਾਂ ਪਤਾ ਕੀ ਸੋਚਦੇ ਆਂ ਵੀ ਮੇਰੀ ਸਮੱਸਿਆਵਾਂ ਦੂਜਿਆਂ ਕਾਰਨ ਨੇ ਵੀ ਜਾਂ ਤਾਂ ਕੋਈ ਚੀਜ਼ ਏ ਮੇਰੇ ਦੁੱਖ ਦਾ ਕਾਰਨ ਜਾਂ ਫਿਰ ਫਲਾਣਾ ਮਨੁੱਖੇ ਪਰ ਅਸਲ ਸੱਚ ਪਤਾ ਕੀ ਹੈ ਜੋ ਸਮੱਸਿਆਵਾਂ ਦਾ ਪਹਾੜ ਇਹ ਬਾਹਰ ਨਹੀਂ ਹੈ ਪਤਾ ਸਾਡੇ ਅੰਦਰ ਹੈ ਸਾਡੇ ਮਨ ਦੇ ਅੰਦਰ ਹੈ ਜੋ ਅਸੀਂ ਪਹਾੜ ਨੂੰ ਬਣਾ ਕੇ ਬੈਠਿਆ ਨਾ ਕਿ ਆਹ ਪਰੇਸ਼ਾਨੀ ਆਹ ਪਰੇਸ਼ਾਨੀ ਇਹ ਸਿਰਫ ਬਾਹਰ ਆਪਾਂ ਜੋ ਦੇਖਦੇ ਆ ਪਏ ਨੇ ਇਹ ਮਨ ਦੀਆਂ ਨੇ ਜੇ ਕੋਈ ਆਪਣਾ ਸੁਪਨਾ ਪੂਰਾ ਨਹੀਂ ਹੁੰਦਾ ਤਾਂ ਅੰਦਰ ਹੀ ਅੰਦਰ ਆਪਾਂ ਜੂਝਦੇ ਰਹਿੰਦੇ ਹਾਂ ਦੁੱਖਾਂ ਦਾ ਸਾਗਰ ਅੰਦਰ ਛਾਲਾ ਆਪਣੇ ਮਾਰਦਾਰ ਹੁੰਦੇ ਆਪਾਂ ਨੂੰ ਲੱਗਦਾ ਹੈ ਵੀ ਉਹ ਚੀਜ਼ ਮੈਨੂੰ ਮਿਲ ਜੇ ਤੇ ਸਭ ਠੀਕ ਹੋ ਜਾਏਗਾ ਵੀ ਆ ਕਮ ਹੋ ਜੇ ਤੇ ਸਭ ਠੀਕ ਹੋ ਜਾਏਗਾ ਆਪਾਂ ਇਹ ਨਹੀਂ ਵੀ ਜਦੋਂ ਤੱਕ ਸਮਝਦੇ ਵੀ ਉਹ ਚੀਜ਼ ਨਾਲ ਲਗਾ ਵੀ ਆਪਣੇ ਦੁੱਖ ਦਾ ਕਾਰਨ ਬਣਾ ਕੇ ਬੈਠੇ ਹਾਂ ਤੁਸੀਂ ਕਦੇ ਤਿਤਲੀ ਨੂੰ ਉੱਡਦੇ ਵੇਖਿਆ ਜਿਵੇਂ ਆਪਾਂ ਉਹਨੂੰ ਫੜਨ ਦੀ ਕੋਸ਼ਿਸ਼ ਕਰਾਂਗੇ ਉਹ ਸਾਡੇ ਤੋਂ ਦੂਰ ਭੱਜਦੀ ਜਾਵੇਗੀ ਜਿਵੇਂ ਜਿਵੇਂ ਉਹਦੇ ਹੱਥ ਵਧਾਓਗੇ ਨਾ ਉਹ ਅੱਗੇ-ਅੱਗੇ ਵੱਧਦੀ ਜਾਵੇਗੀ ਤੇ ਜਿਵੇਂ ਆਪਾਂ ਬਵਾਂਗੇ ਉਹ ਆਪਣੇ ਮੋਢੇ ਤੇ ਆ ਕੇ ਬੈਠ ਜਾਏਗੀ ਜਦੋਂ ਤੱਕ ਆਪਣੇ ਅੰਦਰ ਇਹ ਲਾਲਸਾ ਹੈ ਨਾ ਚੀਜ਼ਾਂ ਨੂੰ ਪਾਉਣ ਦੀ ਸਾਡੀ ਉਹ ਲਾਲਸਾ ਹੀ ਉਹਨਾਂ ਸਭ ਤੋਂ ਦੂਰ ਲੈ ਜਾਂਦੀ ਹੈ ਪਤਾ ਟੈਨਸ਼ਨ ਇੱਕ ਐਵੇਂ ਦਾ ਰੋਗ ਹੈ ਜੋ ਸਾਡੀਆਂ ਸਾਰੀਆਂ ਖੁਸ਼ੀਆਂ ਹੀ ਨਿਗਲ ਜਾਂਦੀ ਹੈ ਜੋ ਛੋਟੀ ਛੋਟੀ ਚੀਜ਼ ਦੀ ਟੈਨਸ਼ਨ ਲੈਂਦੇ ਆ ਨਾ ਉਹ ਕਦੇ ਵੀ ਖੁਸ਼ ਨਹੀਂ ਰਹਿ ਪਾਉਂਦੇ ਜੋ ਟੈਨਸ਼ਨ ਵਿੱਚ ਰਹਿੰਦਾ ਉਹਨੂੰ ਕਿਸੇ ਗੱਲ ਤੋਂ ਵੀ ਕਦੇ ਖੁਸ਼ੀ ਨਹੀਂ ਮਿਲਦੀ ਜੋ ਮਨੁੱਖ ਇੱਕੀ ਗੱਲ ਦੇ ਪਿੱਛੇ ਪਿਆ ਰਹਿੰਦਾ ਵੀ ਆਹ ਹੋ ਜੇ ਆਹ ਹੋ ਜੇ ਆਹ ਹੋ ਜੇ ਫਿਰ ਉਹ ਦੁੱਖਾਂ ਦੇ ਨਾਲ ਘਿਰੇ ਹੀ ਰਹਿੰਦੇ ਨੇ ਉਹਨਾਂ ਨੂੰ ਐਵੇਂ ਲੱਗਦਾ ਹੈ ਵੀ ਸਾਰੀ ਜ਼ਿੰਦਗੀ ਹੀ ਸਾਡੇ ਮੋਢਿਆਂ ਤੇ ਵੀ ਸਾਰਾ ਭਾਰ ਹੀ ਸਾਰੀ ਜ਼ਿੰਮੇਵਾਰੀ ਸਾਰਾ ਕੁਝ ਸਾਡੇ ਮੋਢਿਆਂ ਤੇ ਆ ਕੇ ਲੱਦ ਦਿੱਤਾ ਵੀ ਜੇ ਮੈਂ ਧਿਆਨ ਨਾ ਦਿੱਤਾ ਤੇ ਸਾਰਾ ਕੁਝ ਖਰਾਬ ਹੋ ਜਾਣਾ ਪਰ ਅਸਲ ਵਿੱਚ ਇਹ ਹੈ ਹੀ ਨਹੀਂ ਕਈ ਵਾਰ ਆਪਾਂ ਜੋ ਟੈਨਸ਼ਨ ਲੈਂਦੇ ਰਹਿੰਦੇ ਆ ਨਾ ਜੋ ਕੰਮ ਬਣਦਾ ਹੈ ਬਣਨਾ ਹੁੰਦਾ ਹੈ ਨਾ ਉਹ ਵੀ ਖਰਾਬ ਹੋ ਜਾਂਦਾ ਆਪਾਂ ਜੇ ਪਰਿਵਾਰ ਵਿੱਚ ਚਾਰ ਜਣੇ ਆ ਇੱਕ ਜਣਾ ਵਿੱਚੋਂ ਸੋਚਦਾ ਰਹਿੰਦਾ ਤੇ ਉਸ ਦਾ ਜੋ ਅਸਰ ਹੈ ਉਹ ਸਾਰਿਆਂ ਤੇ ਹੁੰਦਾ ਹੈ ਚਾਰੇ ਪਾਸੇ ਮਾਹੌਲ ਹੀ ਔਵੇਂ ਦਾ ਹੁੰਦਾ ਫਿਰ ਕੋਈ ਵੀ ਮਨੁੱਖ ਖੁਸ਼ ਨਹੀਂ ਰਹਿ ਪਾਉਂਦਾ ਫਿਰ ਐਵੇਂ ਦਾ ਮਨੁੱਖ ਹਰੇਕ ਛੋਟੀ ਛੋਟੀ ਜੋ ਕੋਈ ਗੱਲ ਹੋਵੇ ਨਾ ਉਹ ਤੋਂ ਟੈਨਸ਼ਨ ਲਈ ਜਾਂਦਾ ਤੇ ਜੋ ਐਵੇਂ ਕਰਦਾ ਫਿਰ ਉਸ ਨੂੰ ਸਭ ਬਿਮਾਰੀਆਂ ਦਾ ਘਰ ਬਣ ਕੇ ਰਹਿ ਜਾਂਦਾ ਹੈ ਗੁੱਸਾ ਤੇ ਮਨ ਵਿੱਚ ਸਮੁੰਦਰ ਵਗਦਾ ਰਹਿੰਦਾ ਪਤਾ ਆਪਾ ਜਿੰਨਾ ਜ਼ਿਆਦਾ ਚਿੰਤਾ ਕਰਦੇ ਆ ਅਸਲ ਵਿੱਚ ਐਸਾ ਕੁਝ ਹੁੰਦਾ ਹੀ ਨਹੀਂ ਹੈ ਕਈ ਕਹਿ ਦਿੰਦੇ ਨੇ ਤੁਹਾਨੂੰ ਕੀ ਪਤਾ ਸਾਡੀ ਜ਼ਿੰਦਗੀ ਵਿੱਚ ਕੀ ਚੱਲਦਾ ਪਿਆ ਮੇ ਸਾਡੇ ਤੇ ਕੀ ਬੀਤਦਾ ਪਿਆ ਤੁਹਾਨੂੰ ਕੀ ਪਤਾ ਜਿੰਦਗੀ ਭਾਵੇਂ ਕਈ ਕਈ ਕੋਈ ਵੀ ਹੋਵੇ ਮਿੱਕਵੇਂ ਦੀ ਵੀ ਹੋਵੇ ਹਮੇਸ਼ਾ ਉਹਦਾ ਹੱਲ ਲੱਭਿਆ ਕਰੋ ਜੇ ਹੱਲ ਨਹੀਂ ਲੱਭਦਾ ਪਿਆ ਤਾਂ ਸਮਝੋ ਆਪਾਂ ਪਰੇਸ਼ਾਨ ਆ ਐਵੇਂ ਦੀ ਕੋਈ ਟੈਨਸ਼ਨ ਨਹੀਂ ਬੇਜਨ ਨੂੰ ਲੈ ਕੇ ਤੁਹਾਨੂੰ ਸੁੱਖ ਮਿਲ ਜਾਵੇ ਜਿਹੜਾ ਸੋਚਦੇ ਰਹੋਗੇ ਸੋਚਦੇ ਰਹੋ ਤੇ ਤੁਹਾਡੇ ਚੋਲੇ ਸੁੱਖ ਪੈ ਜਾਵੇਗਾ ਟੈਂਸ਼ਨ ਇੱਕ ਐਵੇਂ ਦੀ ਬਿਮਾਰੀ ਹੈ ਜੋ ਆਪਣਾ ਕੱਲ ਤਾਂ ਕੀ ਸੋਨਾ ਬਣਾਉਣਾ ਹੈ ਉਹ ਸਾਡਾ ਅੱਜ ਦੀਆਂ ਖੁਸ਼ੀਆਂ ਨੂੰ ਵੀ ਖਾ ਜਾਵੇਗੀ ਪਤਾ ਅਸਲ ਵਿੱਚ ਟੈਂਸ਼ਨ ਹੈ ਕਿ ਵੀ ਐਵੇਂ ਨਾ ਹੋ ਜੇ ਉਹ ਨਾ ਹੋ ਜੇ ਐਵੇਂ ਕਿਉਂ ਨਹੀਂ ਹੁੰਦਾ ਪਿਆ ਇਸ ਤੋਂ ਸਿੱਧਾ ਭਾਵੇਂ ਟੈਂਸ਼ਨ ਆਪਾਂ ਉਹਨਾਂ ਗੱਲਾਂ ਦੇ ਲੈਂਦੇ ਆ ਜੋ ਸਾਡੇ ਵਸ ਵਿੱਚ ਨਹੀਂ ਹੁੰਦੀਆਂ ਜੋ ਸਾਡੇ ਕਾਬੂ ਵਿੱਚ ਨਹੀਂ ਹੁੰਦੀਆਂ ਜੋ ਕੰਟਰੋਲ ਵਿੱਚ ਨਹੀਂ ਹੁੰਦੀਆਂ ਤੇ ਜੋ ਸਾਡੇ ਵਾਸਤੇ ਚੀ ਨਹੀਂ 200 ਉਹਦੇ ਲਈ ਸੋਚ-ਸੋਚ ਕੇ ਆਪਾਂ ਕਿਹੜਾ ਮੈਲ ਖੜਾ ਕਰ ਲਾਂਗੇ ਵੀ ਹਾਂ ਵਿੱਚੇ ਮੈਂ 2 ਘੰਟੇ ਤੇ ਵਿੱਚ ਬੈ ਕੇ ਸੋਚ ਲਿਆ ਤੇ ਮੈਨੂੰ ਆ ਮਿਲ ਜਾਏਗਾ ਹੁੰਦਾਵੇਂ ਨਹੀਂ ਨਾ ਫਿਰ ਕਿਉਂ ਕਰਦੇ ਪਏ ਆ ਕੱਲ ਪਤਾ ਨਹੀਂ ਕੀ ਹੋਵੇਗਾ ਇਹ ਸੋਚ-ਸੋਚ ਕੇ ਆਪਣਾ ਅੱਜ ਨਾ ਖਰਾਬ ਕਰੋ ਆਪਾਂ ਨੂੰ ਕੀ ਪਤਾ ਕੱਲ ਦਾ ਕੀ ਹੈ ਆਪਾਂ ਨੂੰ ਨਹੀਂ ਪਤਾ ਵੀ ਭਵਿਕ ਵਿੱਚ ਕੀ ਹੋਣਾ ਫਿਰ ਅੱਜ ਨੂੰ ਸੋਚ-ਸੋਚ ਕੇ ਆਪਣੇ ਅੱਜ ਨੂੰ ਕਿਉਂ ਖਰਾਬ ਕਰਦੇ ਪਏ ਹਾਂ ਕੱਲ ਕੀ ਹੋਣਾ ਕਿਸੇ ਨੂੰ ਕੁਝ ਨਹੀਂ ਪਤਾ ਪਰ ਅੱਜ ਤਾਂ ਆਪਣੇ ਹੱਥ ਵਿੱਚ ਹੈ ਅੱਜ ਤਾਂ ਬਹੁਤ ਕੁਝ ਕਰ ਸਕਦੇ ਹਾਂ ਅੱਜ ਦਾ ਸਮਾਂ ਤਾਂ ਆਪਣੇ ਕੋਲ ਹੈ ਉਹ ਤਾਂ ਨਹੀਂ ਅਜੇ ਲੰਘਿਆ ਕਿਉਂ ਨਾ ਫਿਰ ਅੱਜ ਆਪਣੇ ਹੱਥ ਵਿੱਚ ਹੈ ਤੇ ਉਹਦੇ ਵਿੱਚ ਕੁਝ ਕਰ ਵਿਖਾਈਏ ਇਹ ਸੋਚਣ ਤੋਂ ਚੰਗਾ ਨਹੀਂ ਵੀ ਕੁਝ ਕਰ ਲਈਏ ਜੇ ਅੱਜ ਕੁਝ ਕਰਾਂਗੇ ਤਾਂ ਕੱਲ ਆਪੇ ਸੋਨਾ ਹੋ ਜਾਏਗਾ ਆਪਣੇ ਅੱਜ ਦੀ ਅੱਜ ਵੀ ਖੁਸ਼ ਰਹਿਣਾ ਸਿੱਖੋ ਆਪਣੇ ਅੱਜ ਵਿੱਚ ਜੋ ਚੱਲ ਰਿਹਾ ਹੈ ਜੋ ਗੱਲਾਂ ਸਾਡੇ ਦਿਮਾਗੀ ਤੌਰ ਤੇ ਸਹੀ ਨਹੀਂ ਹਨ ਨਾ ਉਹਨਾਂ ਨੂੰ ਭੁੱਲ ਜਾਇਆ ਕਰੋ ਜੋ ਸਾਨੂੰ ਕਸ਼ਟ ਦਿੰਦੀਆਂ ਨੇ ਗੱਲਾਂ ਦੁੱਖ ਦਿੰਦੀਆਂ ਨੇ ਉਹਨਾਂ ਨੂੰ ਭੁੱਲ ਜਾਇਆ ਕਰੋ ਬੜੀ ਪਰਵਾਹ ਕਰ ਲਈ ਹੁਣ ਥੋੜਾ ਜਿਹਾ ਲਾਪਰਵਾਹ ਹੋ ਜਾਓ ਜਦੋਂ ਐਵੇਂ ਕਰ ਲਿਆ ਨਾ ਸਾਰਾ ਭਾਰ ਹੀ ਉੱਤਰ ਜਾਏਗਾ ਤੁਹਾਨੂੰ ਆਪ ਲੱਗੇਗਾ ਵੀ ਸਿਰ ਤੇ ਜੋ ਮੈਂਨਾ ਬੋਝ ਚੁੱਕਿਆ ਸੀ ਨਾ ਉਹ ਉੱਤਰ ਗਿਆ ਇਹ ਛੱਡ ਦਿਵੋ ਵੀ ਜੋ ਸਾਰੇ ਮਨੁੱਖ ਨੇ ਤੇ ਸਥਿਤੀਆਂ ਸਾਡੇ ਹਿਸਾਬ ਨਾਲ ਚੱਲਣ ਵੀ ਇਹ ਵੀ ਕੰਮ ਮੇਰੇ ਨਾਲ ਮੇਰੇ ਜਿਵੇਂ ਮੈਂ ਚਾਹਨਾ ਵਾਂ ਓਵੇਂ ਹੋਵੇ ਤੇ ਬੰਦਾ ਵੀ ਓਵੇਂ ਕਰੇ ਜਿਵੇਂ ਮੈਂ ਚਾਹਨਾ ਨਹੀਂ ਇਹ ਕਿਸੇ ਦੇ ਹਿਸਾਬ ਨਾਲ ਨਹੀਂ ਚੱਲਦੇ ਜ਼ਰੂਰੀ ਨਹੀਂ ਵੀ ਜੋ ਆਪਾਂ ਚਾਹਨੇ ਆ ਉਹੀ ਹੋਵੇ ਇਹ ਹੁੰਦਾ ਵੀ ਨਹੀਂ ਜਦੋਂ ਸਾਡਾ ਇਹਨਾਂ ਤੇ ਕਾਬੂ ਹੀ ਨਹੀਂ ਹੈ ਫਿਰ ਕਿਉਂ ਸੋਚ-ਸੋਚ ਕੇ ਮਨ ਨੂੰ ਅਸ਼ਾਂਤ ਕਰਦੇ ਰਹਿੰਨੇ ਆ ਕਿਉਂ ਆਪਣੇ ਅੰਦਰ ਸੋਚਾਂ ਦਾ ਸਮੁੰਦਰ ਵਹਾਉਂਦੇ ਰਹਿਨੇ ਆ ਇਹ ਛੱਡ ਦੇਵੋ ਸੋਚਣਾ ਕੀ ਹੈ ਬਿਨ ਲੋਕ ਤੇ ਹਾਲਾਤ ਕਿਵੇਂ ਦੇ ਹੋਣੇ ਚਾਹੀਦੇ ਨੇ ਬਲਕਿ ਇਹ ਸੋਚੋ ਵੀ ਜਿਵੇਂ ਦੇ ਵੀ ਹਾਲਾਤ ਹੋਵੇ ਮੈਂ ਖੁਸ਼ ਰਹਿਣਾ ਮੈਂ ਹਮੇਸ਼ਾ ਖੁਸ਼ ਰਹਿਣਾ ਹਰ ਗੱਲ ਲਈ ਖੁਦ ਨੂੰ ਜ਼ਿੰਮੇਵਾਰ ਨਾ ਠਹਿਰਾਓ ਵੀ ਸਭ ਮੈਨੂੰ ਕਰਨਾ ਪੈਣਾ ਵੀ ਸਭ ਮੈਂ ਹੀ ਵੇਖਣਾ ਏਹ ਵੇਖੋ ਵੀ ਸਾਡੇ ਤੋਂ ਪਹਿਲਾਂ ਵੀ ਤਾਂ ਕੰਮ ਚੱਲਦਾ ਪਿਆ ਸੀ ਜਦੋਂ ਮੈਂ ਨਹੀਂ ਸੀ ਉਦੋਂ ਕੰਮ ਨਹੀਂ ਸੀ ਚੱਲਦੇ ਵੀ ਤੇ ਜਦੋਂ ਮੈਂ ਚਲੇ ਜਾਣਾ ਮੇਰੇ ਬਾਅਦ ਤੋਂ ਵੀ ਕੰਮ ਚੱਲਦੇ ਰਹਿਣ ਇਹ ਮਨ ਦੇ ਅੰਦਰ ਧਾਰਨਾ ਜੋ ਬਣਾਈ ਹੋਈ ਹੈ ਨਾ ਆਪਾਂ ਵੀ ਸਭ ਕੁਝ ਮੈਂ ਹੀ ਕਰਦਾ ਮੇਰੇ ਨਾਲ ਹੀ ਹੁੰਦਾ ਪਿਆ ਉਹ ਗਲਤ ਹੈ ਜਦੋਂ ਆਪਾਂ ਨਹੀਂ ਹੁੰਦੇ ਉਦੋਂ ਵੀ ਕੰਮ ਬੋਲ ਸੋਣਾ ਹੁੰਦਾ ਤੇ ਜਦੋਂ ਆਪਾਂ ਇਸ ਦੁਨੀਆ ਤੋਂ ਅਕਾਲ ਚਲਾਣੇ ਕਰ ਜਾਂਦੇ ਆ ਨਾ ਤੇ ਉਦੋਂ ਵੀ ਕੰਮ ਹੁੰਦਾ ਹੀ ਰਹਿਣਾ ਬਸ ਉਹ ਆਪਾਂ ਵਹਿਮ ਪਾਲਿਆ ਵੀ ਮੇਰੇ ਕਰਕੇ ਹੋ ਰਿਹਾ ਸਭ ਕੁਝ ਸਮਸਿਆਵਾਂ ਹਰ ਮਨੁੱਖੀ ਦੀ ਜ਼ਿੰਦਗੀ ਵਿੱਚ ਹੁੰਦੀਆਂ ਨੇ ਇਹ ਨਹੀਂ ਕਿ ਮੇਰੀ ਕੱਲੀ ਜਾਂ ਤੁਹਾਡੀ ਸਭ ਦੀ ਜ਼ਿੰਦਗੀ ਵਿੱਚ ਹੁੰਦੀਆਂ ਨੇ ਇਸ ਲਈ ਵਾਹਿਗੁਰੂ ਦਾ ਨਾਮ ਲਵੋ ਤੇ ਖੁਸ਼ ਰਹੋ ਤੇ ਸਵਸਥ ਰਹੋ ਜੋ ਵੀ ਮਨ ਵਿੱਚ ਗੱਲ ਹੁੰਦੀ ਹੈ ਨਾ ਉਹਨੂੰ ਕਹੋ ਜੋ ਮਨ ਵਿੱਚ ਚੱਲ ਰਿਹਾ ਉਹਨੂੰ ਕਹੋ ਅੰਦਰ ਹੀ ਅੰਦਰ ਗੱਲ ਰੱਖ ਕੇ ਉਹਨੂੰ ਕੁੱਟੋ ਨਾ ਫਿਰ ਉਹ ਕਦੇ ਵੀ ਜੋ ਅੰਦਰ ਅੰਦਰ ਗੱਲ ਰੱਖ ਕੇ ਕੁੱਟਦੇ ਰਹਿੰਦੇ ਨੇ ਨਾ ਉਹ ਕਦੇ ਵੀ ਖੁਸ਼ ਨਹੀਂ ਰਹਿ ਪਾਉਂਦੇ ਇਹ ਤਾਂ ਡਰ ਹੁੰਦਾ ਵੀ ਜਿਵੇਂ ਗੱਲ ਕਹੇ ਤੇ ਅਗਲੇ ਬੰਦੇ ਨੂੰ ਪਤਾ ਨਹੀਂ ਕਿਵੇਂ ਇਹ ਦੀ ਲੱਗੇਗੀ ਤਾਂ ਕੀ ਕਹੇਗਾ ਨਹੀਂ ਆਪਣੇ ਡਰ ਤੋਂ ਬਾਹਰ ਨਿਕਲੋ ਗੱਲਾਂ ਨੂੰ ਕਹਿਣਾ ਸਿੱਖੋ ਜਦੋਂ ਤੱਕ ਆਪਾਂ ਗੱਲ ਕਰਾਂਗੇ ਨਹੀਂ ਨਾ ਮੈਂ ਕਿਸੇ ਨਾਲ ਹਾਂ ਵੀ ਐਵੇਂ ਤੇ ਐਵੇਂ ਤਾਂ ਗੱਲ ਕਿਵੇਂ ਬਣੇਗੀ ਗੱਲ ਕਰਨ ਨਾਲ ਹੀ ਸਭ ਸੁਲਝੇਗਾ ਇਹ ਨਾ ਸੋਚੋ ਵੀ ਉਹਨੂੰ ਬੁਰਾ ਲੱਗੇਗਾ ਕੁਝ ਅਗਰ ਉਹ ਤੁਹਾਡੇ ਮਨ ਵਿੱਚ ਉਹ ਗੱਲ ਪੁਚਾਲ ਬਣ ਕੇ ਅੰਦਰ ਚੱਲ ਰਹੀ ਹੈ ਨਾ ਤਾਂ ਉਹ ਗੱਲ ਨੂੰ ਕਹੋ ਉਹਨੂੰ ਕਹਿਣ ਵਿੱਚ ਹੀ ਫਾਇਦਾ ਹੈ ਤੁਹਾਨੂੰ ਪਤਾ ਲੱਗ ਜਾਏਗਾ ਵੀ ਉਹ ਕੀ ਹੈ ਜ਼ਿੰਦਗੀ ਜਿਉਣੀ ਬਹੁਤ ਸੋਖੀ ਹੈ ਪਰ ਆਪਾਂ ਨੂੰ ਆਪਾਂ ਨਾ ਜਿਉਣਾ ਹੀ ਭੁੱਲ ਗਏ ਆ ਜ਼ਿੰਦਗੀ ਬਹੁਤ ਆਸਾਨ ਕੀ ਹੈ ਸਿਰਫ ਮਿਲ ਜੁਲ ਕੇ ਰਹਿਣਾ ਉਹ ਵਾਇਕਲ ਦਾ ਨਾਮ ਲੈਣਾ ਬਸ ਇੰਨੀ ਕੁ ਜ਼ਿੰਦਗੀ ਹੈ ਤੇ ਬੜੇ ਆਰਾਮ ਨਾਲ ਕੱਟ ਜੇਗੀ ਪਰ ਆਪਾਂ ਕੀ ਹੈ ਕਿ ਉਹਨੂੰ ਇੰਨਾ ਉਲਝਾ ਲਿਆ ਉਹਨੂੰ ਬੇਫਾਲਤੂ ਚ ਸੋਚ-ਸੋਚ ਕੇ ਟੈਨਸ਼ਨ ਲੈ ਲੈ ਕੇ ਆਪਣੇ ਆਪ ਨੂੰ ਕਸ਼ਟ ਦੇ ਰਿਹਾ ਹੋਰ ਕੁਝ ਨਹੀਂ ਇਸ ਲਈ ਇਹਨਾਂ ਚਿੰਤਾਵਾਂ ਤੋਂ ਦੂਰ ਰਹਿਣ ਲਈ ਪਹਿਲੀ ਗੱਲ ਆਪਣੇ ਅੱਜ ਵਿੱਚ ਜਿਓ ਦੂਸਰਾ ਉਸ ਵਾਹਿਗੁਰੂ ਦਾ ਨਾਮ ਲਓ ਤੀਸਰਾ ਪਿਆਰ ਨਾਲ ਰੋ ਫਿਰ ਦੇਖਿਓ ਆਪੇ ਤੁਹਾਡਾ ਸਾਰਾ ਕੁਝ ਜੋ ਤੁਹਾਡੇ ਮਨ ਅੰਦਰ ਪੁਚਾਲ ਚੱਲਦੇ ਨੇ ਨਾ ਉਹ ਆਪੇ ਹੱਲ ਹੋ ਜਾਣਗੇ ਗੱਲਾਂ ਨੂੰ ਕਹਿਣਾ ਸਿੱਖੋ ਡਰੋ ਨਾ ਆਪਣੇ ਡਰ ਤੋਂ ਬਾਹਰ ਆਓ ਗੁਰਬਾਣੀ ਵੀ ਸਾਨੂੰ ਇਹੀ ਸਿਖਾਉਂਦੀ ਹੈ ਕਿ ਡਰੋ ਨਾ ਆਪਣੇ ਡਰ ਤੋਂ ਬਾਹਰ ਆਓ ਜਦੋਂ ਆਪਾਂ ਆਪਣੇ ਡਰ ਤੋਂ ਬਾਹਰ ਆ ਗਏ ਤਾਂ ਆਪੇ ਫਿਰ ਤੁਹਾਡੇ ਜੋ ਵੀ ਤੁਹਾਡੇ ਅੰਦਰ ਪੁਚਾਲ ਚੱਲਦੇ ਪੈਣ ਉਹ ਤੁਹਾਨੂੰ ਸ਼ਾਂਤੀ ਦੇਣਗੇ ਗੁਰਬਾਣੀ ਦਾ ਜਾਪ ਕਰਿਆ ਕਰੋ ਫਿਰ ਦੇਖੇ